ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅਤੇ ਅੱਜ ਅਸੀਂ ਚੱਲੇ ਹਾਂ ਬੁਲਟ ਨੂੰ ਬੁਕਿੰਗ ਕਰਨੀ ਆ ਬੁਕਿੰਗ ਦਾ ਸਮਾਨ ਲੈਣ ਚੱਲੇ ਹਾਂ ਬੁਲਟ ਦਾ ਅਤੇ ਚਲੋ ਵੀਰ ਜੀ ਸਾਨੂੰ ਬਖਾਉਂਦੇ ਹਾਂ ਨਾਲੇ ਬੁਕਿੰਗ ਕਿੱਦਾਂ ਕਰੀਦੀ ਆ ਅੱਜ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਜਿੱਥੇ ਆਪਾਂ ਸਮਾਨ ਲੈਣਾ ਵਾ ਬੁਕਿੰਗ ਦਾ ਚਲੋ ਹਾਂਜੀ ਗਾਈਸ ਇੱਥੇ ਆਪਾਂ ਆਏ ਹਾਂ ਬੁਕਿੰਗ ਦਾ ਸਮਾਨ ਲੈਣ ਅਤੇ ਹੁਣ ਦੇਖਦੇ ਹਾਂ ਮਿਲਦਾ ਵਾ ਕਿ ਨਹੀਂ ਮਿਲਦਾ ਇੱਥੋਂ ਦਾ ਸਾਨੂੰ ਸਮਾਨ ਨਹੀਂ ਮਿਲਿਆ ਅਤੇ ਹੁਣ ਅਸੀਂ ਅੱਗੇ ਕੋਈ ਦੁਕਾਨ ਲੱਭਦੇ ਹਾਂ ਉਹ ਜਿੱਥੋਂ ਤੁਸੀਂ ਬੁਲਟ ਕਰਾਇਆ ਸੀ ਉਹ ਕਿੱਥੇ ਦੁਕਾਨ ਉਹ ਰਿਪੇਅਰ ਵਾਲੀ ਆ ਉੱਥੋਂ ਦੇਖਦੇ ਹਾਂ ਵੀ ਜੇ ਤਾਂ ਕੋਈ ਸਾਨੂੰ ਦੁਕਾਨ ਮਿਲ ਜੇ ਤਾਂ ਮਿਲ ਜੂਗਾ ਸਮਾਨ ਹਾਂਜੀ ਇੱਥੋਂ ਤਾਂ ਨਹੀਂ ਮਿਲੀ ਪਰ ਇਹਨਾਂ ਨੇ ਸਾਨੂੰ ਇੱਕ ਐਡਰੈਸ ਦਿੱਤਾ ਵਾ ਅਤੇ ਹੁਣ ਅਸੀਂ ਉੱਥੇ ਜਾਂਦੇ ਹਾਂ ਅਤੇ ਆਉਂਦੇ ਹਾਂ ਵੀ ਉੱਥੋਂ ਤੁਹਾਨੂੰ ਮਿਲ ਹੀ ਜਾਊਗੀ ਵੈਸੇ ਤਾਂ ਗੱਲ ਤਾਂ ਬਾਟ ਪੈਲਸ ਅੱਗੇ ਜਾਂਦੇ ਸਿੱਧਾ ਅਤੇ ਪੁਲਿਸ ਵਾਲੇ ਨਾਲ ਸਾਨੂੰ ਰੋਕ ਲੈਣ ਨਹੀਂ ਰੁਕਿਆ ਬੱਚ ਕੇ ਇੱਧਰ ਗਲੀ 'ਚ ਜਾਣਾ ਆ ਰਹੀਆਂ ਗੱਲੀਆਂ ਬਾਟ ਤਾਂ ਨਹੀਂ ਹਾਂਜੀ ਗਾਈਸ ਅਤੇ ਆਹ ਵਾਲੀ ਦੁਕਾਨ ਕਹਿੰਦੇ ਪਏ ਆ ਇੱਥੋਂ ਸ਼ਾਇਦ ਮਿਲ ਜੇ ਪੁੱਛ ਮੇਰੇ ਬੱਕਰੀ ਦਾ ਸਮਾਨ ਮਿਲ ਜੂਗਾ ਹਾਂਜੀ ਅਤੇ ਸਾਨੂੰ ਸਮਾਨ ਮਿਲ ਗਿਆ ਅਤੇ ਪਰ ਨਾ ਸਾਨੂੰ ਇੱਕ ਸਮਾਨ ਨਹੀਂ ਮਿਲਿਆ ਜਿਹੜੀ ਬਫਿੰਗ ਪੈਡ 'ਤੇ ਆਪਾਂ ਲਾਈ ਸੀ ਨਾ ਮਸ਼ੀਨ ਉਹਦੀ ਥੋੜ੍ਹੀ ਜਿਹੀ ਅਟੈਚਮੈਂਟ ਨਹੀਂ ਮਿਲੀ ਉੱਦਾਂ ਮਸ਼ੀਨ ਆਪਣੇ ਤੋਂ ਹੈਗੀ ਆ ਅਤੇ ਉਹ ਕਹਿੰਦੇ ਸੀ ਵੈਸੇ ਕੋਈ ਹਾਰਡ ਵੇਅਰ ਵਾਲੀ ਦੁਕਾਨ 'ਤੇ ਮਿਲਦੀ ਸੀ ਤੁਹਾਨੂੰ ਪਰ ਅਸੀਂ ਕਿਹਾ ਵੀ ਜੇ ਕੋਈ ਘਰੇ ਲੱਭ ਜੇ ਕੋਈ ਪੇਜ ਪੂਜ ਤਾਂ ਉਹ ਆਪਾਂ ਇੱਥੇ ਕਮੈਂਟ ਉਹ ਆਪਾਂ ਬਫਿੰਗ ਪੈਡ 'ਤੇ ਲਾ ਲਈਏ ਅਤੇ ਇਹਨੂੰ ਕਰਦੇ ਹਾਂ ਹੁਣ ਵੀ ਘਰ ਖੜ੍ਹਾ ਅਤੇ ਤੁਹਾਨੂੰ ਵਿਖਾਉਂਦੇ ਹਾਂ ਅਤੇ ਇੱਕ ਸੀਨ ਕ੍ਰੀਏਟ ਹੋ ਗਿਆ ਵਾ ਬਾਕੀ ਸਾਰਾ ਸਮਾਨ ਹੈਗਾ ਵਾ ਬਸ ਇੱਕ ਨੱਟ ਚਾਹੀਦਾ ਵਾ ਅਤੇ ਉਹ ਹਾਰਡਵੇਅਰ ਦੀ ਦੁਕਾਨ ਤੋਂ ਮਿਲਣਾ ਅਤੇ ਅਸੀਂ ਉਹ ਲੈ ਕੇ ਆਉਂਦੇ ਹਾਂ ਅਤੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਅਤੇ ਮਹਾਂ ਕਿਤੇ ਬੜੀ ਮੁਸ਼ੱਕਤ ਕਰਨ 'ਤੇ ਸਾਨੂੰ ਨੱਟ ਮਿਲਿਆ ਵਾ ਦੋ ਚਾਰ ਫੇਰੇ ਸਾਡੇ ਬਾਜ਼ਾਰ ਦੇ ਲੱਗ ਗਏ ਅਤੇ ਹੁਣ ਇੱਥੇ ਆਖੋ ਨੱਟ ਕਟਾਉਣ ਆਏ ਹਾਂ ਉਹ ਕੱਟਣ ਗਿਆ ਵਾ ਨੱਟ ਪਰ ਸਾਨੂੰ ਇਹ ਸ਼ੱਕ ਪੈ ਗਿਆ ਕਿ 100 ਰੁਪਏ ਦੀਆਂ ਪਰਚੀਆਂ ਹੋਣਗੀਆਂ ਕਿਉਂਕਿ ਪਹਿਲਾਂ ਵੀ 100 ਦਾ ਨੱਟ ਲੈਣ ਗਏ ਹਾਂ ਅਤੇ ਉਹਨਾਂ ਤੋਂ ਪਰਚੀਆਂ ਨਹੀਂ ਹੈਗੀਆਂ ਅਤੇ ਹੁਣ ਆਪਾਂ ਇੱਥੇ ਵੇਚਦੇ ਹੋਣਗੀਆਂ ਅਤੇ ਚਲੋ ਫਿਰ ਤੁਹਾਨੂੰ ਮਿਲਦੇ ਹਾਂ ਗਾਈਸ ਉਹ ਸਾਨੂੰ 100 ਦੀਆਂ ਪਰਚੀਆਂ ਦਾ ਰੱਟਾ ਪੈ ਗਿਆ ਮੈਂ ਇੱਥੇ ਪੀਸ ਬਣਾਉਣਾ ਆ ਉੱਦਾਂ ਕਿ ਪਰਚੀਆਂ ਨਹੀਂ ਦੇ ਦਿੰਦਾ ਹੈਗਾ ਕੱਲ੍ਹ ਬਣਾ ਲਓ ਫਿਰ ਤੀਆਂ ਦਾ ਮਸ਼ਾਮੀ ਵਾਲਾ ਹਾਂਜੀ ਡਿਸਪੋਜ਼ਲ 'ਚ ਪਾਇਓ ਚਲੋ ਫਿਰ ਤੁਹਾਨੂੰ ਸਿੱਧਾ ਘਰ ਜਾ ਕੇ ਮਿਲਦੇ ਹਾਂ ਹਾਂਜੀ ਅਤੇ ਅਸੀਂ ਘਰ ਆ ਗਏ ਹਾਂ ਅਤੇ ਆਹ ਵੇਖੋ ਆਹ ਸੀਗਾ ਨੱਟ ਨੱਟ ਜਿਹਦੇ ਕਰਕੇ ਸਾਨੂੰ ਇੰਨੀ ਮੁਸ਼ੱਕਤ ਜੀ ਕਰਨੀ ਪਈ ਅਤੇ ਆਪਣਾ ਹਾਂ ਲੈ ਹੁਣ ਅਸੀਂ ਐਕਸਟੈਂਸ਼ਨ ਦਾ ਜੁਗਾੜ ਕਰੀਏ ਅਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ ਵੀ ਕਿੱਦਾਂ ਬਫਿੰਗ ਕਰੀਦੀ ਸਾਰੀ ਆਹ ਬੁਲਟ ਆਪਾਂ ਲਾ ਲਈ ਆ ਕੀ ਕਿਹਦੇ ਉਹਨੂੰ ਖੋਲ ਲਾ ਉਹਨਾਂ ਉਹਨਾਂ ਖੋਲ ਹਾਂ ਇਹਨੂੰ ਇੰਨਾ ਖੋਲ ਅਤੇ ਚਲੋ ਫਿਰ ਤੁਹਾਨੂੰ ਐਕਸਟੈਂਸ਼ਨ ਲਿਆ ਕੇ ਅਤੇ ਫਿਰ ਤੁਹਾਨੂੰ ਆਪਾਂ ਪੂਰੀ ਕਰਕੇ ਵਿਖਾਉਂਦੇ ਹਾਂ ਵੀ ਕਿੱਦਾਂ ਕਰੀਦੀ ਹੈ ਬਫਿੰਗ ਓਕੇ ਹਾਂਜੀ ਰਾਖੋ ਐਕਸਟੈਂਸ਼ਨ ਦਾ ਵੀ ਜੁਗਾੜ ਵੇਖੋ ਜੀ ਕਿੱਡਾ ਲੰਬਾ ਐਕਸਟੈਂਸ਼ਨ ਲੱਭਣ ਨਹੀਂ ਦਈ ਅਤੇ ਤਾਰ ਲਾ ਕੇ ਪੂਰਾ ਕਮਰੇ 'ਚ ਲੈ ਕੇ ਗਏ ਹਾਂ ਇੱਧਰ ਵੇਖੋ ਪੂਰਾ ਇੱਦਾਂ ਮਿਲ ਕੇ ਜੁਗਾੜ ਕੀਤਾ ਇਹਦਾ ਇੰਨੀ ਵੱਡੀ ਬਿਜਲੀ ਦੀ ਤਾਰ ਲਾ ਕੇ ਅਤੇ ਆਹ ਹੁਣ ਆਖੋ ਅਟੈਚਮੈਂਟ ਲਾ ਲਈ ਵਿਖਾਈ ਆਹ ਵੇਖੋ ਅਟੈਚਮੈਂਟ ਪਰ ਸਾਨੂੰ ਇਹ ਵੀ ਨੱਟ ਨਾ ਨਾਲ ਘੁੰਮ ਜੇ ਬਸ ਇਹਦੇ ਬੜਾ ਵਹਿਮ ਮੁਸ਼ਕਿਲ ਦੇ ਨਾਲ ਲੈ ਕੇ ਆਏ ਹਾਂ ਖੜ੍ਹ ਜਾਓ ਲਾ ਕੇ ਵੇਖੀਏ ਅੱਛਾ ਲਾ ਆਹ ਤਾਰ ਲਾ ਅੱਜ ਹੈਂ ਹਾਂ ਉਹ ਕੁਛ ਨਹੀਂ ਹੁੰਦਾ ਹੁਣ ਜਿਹੜਾ ਕਰੰਟ ਮਾਰਨ ਲੱਗਾ ਹੈ ਲਾਤਾ ਓ ਯੇ ਓ ਬੱਲੇ ਚੱਲ ਪੀ ਗਾਈ ਹੁਣ ਆਪਾਂ ਤੁਹਾਨੂੰ ਕਰਕੇ ਵਿਖਾਉਂਦੇ ਹਾਂ ਬਫਿੰਗ ਚੱਲ ਬਾਈ ਮਿੱਤਰਾ ਆਹ ਵੇਖੋ ਸਾਰਾ ਸਮਾਨ ਬਫਿੰਗ ਦਾ ਆਹ ਵੇਖੋ ਆਹ ਕੀ ਹੁੰਦਾ ਵੀਰ ਜੀ ਇਹਨੂੰ ਕੀ ਕਹਿੰਦੇ ਗ੍ਰੀਨ ਕੰਪਾਊਂਡ ਇਹ ਗ੍ਰੀਨ ਹੀ ਹੈ ਨਾ ਅੰਦਰੋਂ ਆ ਖੋਲੀ ਹੋਲ ਪਹਿਲਾਂ ਆਪਾਂ ਖਾਈਏ ਯਾਰ ਤੇਰੀ ਡਰਿਲ ਜਾਈ ਜ਼ਰੂਰੀ ਆ ਇਹ ਤੋਂ ਬਿਨਾਂ ਕੀ ਕਰਨਾ ਗੱਲ ਤਾਂ ਵੈਸੇ ਇੱਧਰ ਹੀ ਆਖੋ ਆ ਜੇ ਗ੍ਰੀਨ ਕੰਪਾਊਂਡ ਆ ਕੀ ਹੁੰਦਾ ਆਖੋ ਆ ਕੀ ਹੁੰਦਾ ਨਿਕਲ ਪਾਊਡਰ ਆ ਜੇ ਨਿਕਲ ਪਾਊਡਰ ਅਤੇ ਆ ਸਾਰਾ ਲਗਭਗ ਸਾਡਾ ਆ ਗਿਆ 250 ਦੇ ਵਿੱਚ ਆ ਗਿਆ ਸਾਰਾ ਸਮਾਨ ਆ ਆ ਤੇ ਆ ਡਰਿਲ ਸਾਡੀ ਤੇ ਸਾਡੀ ਆਪਣੀ ਸੀ
ਤੇ ਆਹ ਅਸੀਂ ਦੋ ਲਿਆਂਦੇ ਨਾ ਤਾਂ ਆਇਆ 250 ਦੇ ਵਿੱਚ। ਅਸੀਂ ਕਿਹਾ ਵੀ ਚੱਲ ਇੱਕ ਹੋਰ ਲੈ ਲਈਏ, ਚੱਲ ਕਾਰਨ ਬਫਿੰਗ। ਆਹ ਵੇਖੋ ਹੁਣ ਅਸੀਂ ਆ ਸਾਰਾ ਕੁਛ ਕੀ ਪਤਾ ਨਹੀਂ ਕੀ ਖੁੱਲ੍ਹਣਾ ਖੁੱਲ੍ਹਣਾ ਪੈਣ ਦਿਆ। ਵੀਰ ਮੈਂ ਤੈਨੂੰ ਦੱਸਾਂ ਬੁਲਟ ਤੁਹਾਡਾ ਜੇ ਤਾਂ ਖਰਾਬ ਨਾ ਕਰ ਦੇ ਇਹਨੂੰ ਆਪਣੇ ਵੱਜ ਜਾਣੀਆਂ ਸੀ। ਭਰਾ ਨਹੀਂ ਮੈਨੂੰ ਪਤਾ ਕਈ ਵਾਰੀ ਖੋਲਿਆ ਇੱਕ ਵਾਰੀ ਖੋਲਿਆ ਮੈਂ। ਚੌਂਕੜੀ ਆਪਾਂ ਮਾਰ ਕੇ ਬਹਿ ਗਏ ਹਾਂ, ਖੜ ਜਾਓ ਪਹਿਲਾਂ ਸਾਰਾ ਕੁਛ ਖੋਲੀਏ ਅਤੇ ਫਿਰ ਤੁਹਾਨੂੰ ਵਿਖਾਉਂਦੇ ਹਾਂ। ਗਾਈ ਸਾਫ ਹੋਣ ਸਾਰੇ, ਆਪਾਂ ਕੱਪੜਾ ਕੁਪੜਾ ਲੈਂਦਾ ਆਖੋ ਸਾਫ ਕਰਨ ਦਿਆ ਇਹਨੂੰ। ਇਹਨੂੰ ਆਪਾਂ ਮਿਕਸ ਕਰਨਾ ਪਊਗਾ ਨਾ ਸਾਰਿਆਂ ਨੂੰ? ਕਿੰਨਵਾਂ ਮੋੜ ਲਏ, ਕਿੰਨਾ ਮੋੜ ਲਿਆ? 10 ਮੈਂ ਕਰਾਂ ਜਾ ਲੈ ਗਿਆ ਹੁਣ ਆਪੇ ਤੇ ਚੱਲ ਭੱਜ ਇਧਰੋਂ ਕੀ ਵੇਲ ਜਾ ਲੈ ਹਟ ਜਾ ਗਾਈਸ ਮੈਂ ਪਾਣੀ ਲੈ ਆਵਾਂ। ਹਾਂਜੀ ਗਾਈਸ ਆਖੋ ਪਾਣੀ ਆਪਾਂ ਲੈਂਦਾ ਵਾ। ਲਓ ਵੀਰ ਜੀ ਕੀ ਕਰਨਾ ਪਾਣੀ ਦਾ? ਉਹ ਪਿਆਜ ਗ੍ਰੀਨ ਸੋਪ ਆਉਂਦੀ ਤੈਨੂੰ ਸਾਰਾ ਸਮਾਨ ਲੈਂਦਾ ਹੁਣੇ ਨਾ ਕਈ ਆਉਂਦੀ ਨੀ ਤੈਨੂੰ? ਤੂੰ ਬਹਿ ਥੱਲੇ ਵਲੌਗ ਬਣਾ ਲਈ ਥੋੜਾ ਕਿਉਂ ਚਲੋ ਖੜ ਜਾਓ ਕੀ ਜਾਂਦਾ ਭਾਈ ਦੀ ਆਪਾਂ ਗੱਲ ਸੁਣ ਲਈਏ ਤੇ ਫਿਰ ਵਿਖਾਉਂਦੇ ਹਾਂ ਤੁਹਾਨੂੰ। ਹਾਂਜੀ ਤੇ ਆ ਪੂਰਾ ਵੇਖੋ ਇਹਨੂੰ ਪਾਣੀ ਚ ਪਾਇਆ ਇਹਨੂੰ ਨਰਮ ਕਰਨਾ ਪੈਂਦਾ। ਕੀ ਨਟ ਬਾਹਰ ਆ ਗਿਆ ਹਜੇ ਚੱਲ ਫਿਰ ਲਾ ਯਾਰ ਤੂੰ ਮੇਰੀ ਵੀਡੀਓ ਨੀ ਬਣਨ ਦੇਣੀ ਅੱਜ ਆਖੋ ਇੱਥੇ ਮਾਰਿਆ ਸੀਗਾ ਆਖੋ ਏਦਾਂ ਚਮਕ ਜਾਂਦਾ ਵਾ ਇਹਦਾ ਕਰਨਾ ਇਹਨੂੰ ਫਿਰ ਬਾਅਦ ਚ ਮਾਰਨਾ ਇੱਥੇ ਜਦੋਂ ਹੋ ਗਿਆ ਸਾਰਾ। ਚੱਲ ਤੂੰ ਇਹਨੂੰ ਕੱਸ ਫਿਰ ਛੇਤੀ ਹਾਂਜੀ ਤੇ ਇੱਕ ਸਾਈਡ ਦੀ ਬਫਿੰਗ ਹੋ ਗਈ ਆ ਤੇ ਸੱਚੀ ਬੜੀ ਮਿਹਨਤ ਲੱਗੀ ਆ ਬਫਿੰਗ ਕਰਨ ਚ ਤੇ ਆ ਵੇਖੋ ਆ ਪੂਰਾ ਆਖੋ ਲਿਸ਼ਕਾਤਾ ਨਾ ਆ ਥੋੜੇ ਡੈਂਟ ਜੇ ਪਏ ਆ ਨਾ ਇਸ ਕਰਕੇ ਤੇ। ਹਾਂਜੀ ਪਤਾ ਮੈਨੂੰ ਭਾਜੀ ਮਿਹਨਤ ਤੁਹਾਡੀ ਲੱਗੀ ਆ ਮਿਹਨਤ ਸਾਰੀ ਆ ਮੁੰਡੇ ਦੀ ਲੱਗੀ ਆ ਤੇ ਆਹ ਵੇਖੋ ਹੁਣ ਬਸ ਇੱਕ ਸਾਈਡ ਦੀ ਹੋ ਗਈ ਤੇ ਆਹ ਵਾਲੀ ਸਾਈਡ ਦੀ ਰਹਿ ਗਈ ਆ ਤੇ ਆਹ ਵੀ ਕਰਕੇ ਨਾ ਆਖੋ ਇੱਥੇ ਆ ਕੀ ਕਹਿੰਦੇ ਇਹਨੂੰ ਗ੍ਰੀਨ ਕੀ ਕਹਿੰਦੇ ਇਹਨੂੰ ਵੀਰ ਜੀ ਕੰਪਾਊਂਡ ਮੁੰਡਾ ਨਾਰਾਜ਼ ਹੋ ਗਿਆ ਗ੍ਰੀਨ ਕੰਪਾਊਂਡ ਆਪਾਂ ਲਾਤਾ ਹੋਇਆ ਵਾ ਪੂਰਾ ਮੀਨਸ ਕਿ ਗ੍ਰਾਇੰਡ ਕਰਕੇ ਇੱਥੇ ਲਾਤਾ ਵਾ। ਚਲੋ ਫਿਰ ਇਹਨੂੰ ਵੀ ਕਰਕੇ ਨਾ ਤੇ ਫਿਰ ਤੁਹਾਨੂੰ ਸਾਰਾ ਇੱਕ ਵਾਰੀ ਵਿਖਾਉਂਦੇ ਹਾਂ। ਹਾਂਜੀ ਗਾਈਸ ਤੇ ਫਾਈਨਲੀ ਤੁਹਾਡੀ ਬਫਿੰਗ ਹੋ ਚੁੱਕੀ ਆ ਕੰਪਲੀਟ ਬਸ ਸਾਈਡਾਂ ਸਾਈਡਾਂ ਤੋਂ ਰਹਿ ਗਈ ਆ ਇਹਦੇ ਤੇ ਚਲੋ ਵੈਸੇ ਹੀ ਮਾਰਨੇ ਆ ਉੱਦਾਂ ਆਹ ਦੇਖੋ ਵੀ ਬਸ ਇਹਨੂੰ ਧੋਣ ਵਾਲਾ ਆ ਥੋੜ੍ਹਾ ਆਹ ਦੇਖੋ ਆਹ ਵੀ ਹੋ ਚੁੱਕੀ ਆ ਕੰਪਲੀਟ ਬੜੀ ਮਿਹਨਤ ਲੱਗੀ ਹੈ। ਇਸ ਟਾਈਮ ਅਸੀਂ ਸ਼ੁਰੂ ਕੀਤਾ ਸੀਗਾ 10:44 ਤੇ ਸਾਰਾ ਸਮਾਨ ਲਿਆਉਣਾ ਸ਼ੁਰੂ ਕੀਤਾ ਸੀ ਅਤੇ ਇਸ ਟਾਈਮ ਹੋ ਗਿਆ ਟਾਈਮ 2:18 ਹੋ ਚੁੱਕੇ ਆ ਅਤੇ ਮੀਨਸ ਕਿ ਪੂਰੀ ਸਾਡੀ ਬਾਹਰ ਨਿਕਲ ਚੁੱਕੀ ਆ ਉੱਥੋਂ ਹੀ ਇੱਕ ਇੱਕ ਚੀਜ਼ 'ਤੇ ਲਾਉਣੀ ਬਫਿੰਗ ਤਾਂ ਜਿਹੜਾ ਵਾ ਆਪਾਂ ਉੱਧਰ ਲੱਗਾ ਵਾ ਇਹ ਹੁਣ ਅਸੀਂ ਧੋ ਦੇਣਾ ਸਾਰਾ ਬੁਲਟ ਹੁਣ ਸਾਰਾ ਬੁਲਟ ਅਸੀਂ ਧੋ ਧੋ ਕੇ ਹੈ ਸਾਫ਼ ਕਰਕੇ ਲਾ ਦੇਣਾ ਵਾ ਅਤੇ ਹੁਣ ਫਾਈਨਲੀ ਫਿਰ ਆਹ ਵਾਲਾ ਵਲੌਗ ਆਪਾਂ ਕਰ ਦਈਏ ਐਂਡ ਕਿਉਂਕਿ ਹੁਣ ਅਸੀਂ ਕਰਨਾ ਵਾ ਗੁੱਡੀਆਂ ਵਾਲਾ ਵਲੌਗ ਸ਼ੂਟ ਆਹ ਵਲੌਗ ਅਸੀਂ ਹੁਣ ਹੀ ਪਾ ਦੇਣਾ ਅਤੇ ਗੁੱਡੀਆਂ ਵਾਲਾ ਵਲੌਗ ਅਸੀਂ ਸ਼ਾਇਦ ਕੱਲ੍ਹ ਪਾ ਲਈਏ ਨਾ ਤਾਂ ਪਹਿਲੇ ਗੁੱਡੀਆਂ ਵਾਲਾ ਵਲੌਗ ਸ਼ੁਰੂ ਕਰਦੇ ਹਾਂ ਕਿਉਂਕਿ ਅਸੀਂ ਨਹਾਤੇ ਨਹੀਂ ਆ ਵੇਲੇ ਸਵੇਰ ਦੇ ਐਂਡ ਹੀ ਕਰਦੇ ਹਾਂ। ਚਲੋ ਬਸ ਓਕੇ।
बाय बाय, चैनल सब्सक्राइब कर दियो, वीडियो लाइक कर दियो, शेयर कर दियो, दबा के ओके।